ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਸਵਾਲ ਪੈਦਾ ਹੋਇਆ ਕਿ ਸਾਡੇ ਦੇਸ਼ ਦੇ ਵਿੱਚ ਕਰਪਸ਼ਨ ਕਿਉਂ ਆ, ਉਸ ਕਰਪਸ਼ਨ ਦਾ ਕਾਰਨ ਕੀ ਹੈ, ਉਸ ਕਰਪਸ਼ਨ ਦੀ ਗਲਤੀ ਕਿਹਦੀ ਹੈ। ਸਾਡੀਆਂ ਤਨਖਾਹਾਂ ਹੀ ਸਾਡੀਆਂ ਅੰਡਰ ਨੇ, ਜਿੰਨੇ ਸਾਡੇ ਖਰਚੇ ਉਹਨੀਆਂ ਤਨਖਾਹਾਂ ਹੈ ਨਹੀਂ, ਜਾਂ ਅਮੀਰੀ ਅਤੇ ਗਰੀਬੀ ਦਾ ਡਿਫਰੈਂਸ ਇੰਨਾ ਜ਼ਿਆਦਾ। ਆਪਾਂ ਅਮੀਰਾਂ ਵੱਲ ਦੇਖ ਕੇ, ਨੋਰਮਲ ਬੰਦੇ ਜਿਨ੍ਹਾਂ ਵਿਚਾਰੇ ਬੀ ਟੈਕ ਕਰਕੇ 8-8, 9-9 ਹਜ਼ਾਰ ਤਨਖਾਹ ਮਿਲਦੀ ਹੈ, ਗੱਡੀ ਨਹੀਂ ਹੈਗੀ, ਕਰਪਸ਼ਨ ਕਰਨੀ ਪੈਂਦੀ। ਨਸ਼ਾ ਵੱਧ ਚੁੱਕਿਆ ਘੱਟ ਤਨਖਾਹਾਂ ਕਰਕੇ, ਕਿਉਂਕਿ ਨੌਕਰੀਆਂ ਨਹੀਂ ਮਿਲਦੀਆਂ। ਗਟਰ ਚੋਰੀ ਹੋ ਰਹੇ ਕਿਉਂ ਹੋ ਰਹੇ ਨੇ, ਲੋਹਾ ਚੁੱਕ ਚੁੱਕ ਕੇ ਬੱਚੇ ਵੇਚ ਰਹੇ ਕਿਉਂ ਵੇਚ ਰਹੇ, ਕਿਉਂਕਿ ਨਸ਼ੇ ਦੀ ਆਦਤ ਪੈ ਗਈ ਹੈ ਘੱਟ ਤਨਖਾਹ ਕਰਕੇ, ਪਰ ਨਸ਼ਾ ਲੈਣਾ ਪੈਸੇ। ਹੁਣ ਦੇਖ ਲਓ, ਇੱਕ ਟੀਚਰ 1.5 ਲੱਖ ਤਨਖਾਹ ਲੈ ਰਹੀ ਹੈ, ਉਸੇ ਸਕੂਲ ਦੇ ਵਿੱਚ ਸੇਮ ਸਬਜੈਕਟ ਪੜ੍ਹਾ ਰਹੀ ਟੀਚਰ 1.5-7 ਹਜ਼ਾਰ ਰੁਪਇਆ ਲੈ ਰਹੀ ਹੈ ਕੈਜੂਅਲ ਕੰਟਰੈਕਚੁਅਲ ਬੇਸ 'ਤੇ। ਇੱਕ ਟੀਚਰ 1.5 ਲੱਖ ਤਨਖਾਹ ਲੈਣ ਵਾਲਾ ਤਾਂ ਦੂਜਾ ਟੀਚਰ 750 ਤਨਖਾਹ ਲੈਣ ਵਾਲਾ, 750 ਤਨਖਾਹ ਲੈਣ ਵਾਲਾ ਕਰਪਸ਼ਨ ਕਰੇਗਾ ਕਿ ਨਹੀਂ ਕਰੇਗਾ, ਤੁਸੀਂ ਸੋਚੋ। ਬਾਹਰ ਚਲ ਜਾਓ, ਕੈਨੇਡਾ ਚਲ ਜਾਓ, ਪੁਲਿਸ ਵਾਲੇ ਸਿੱਧਾ ਚਲਾਣ ਕਰਦੇ, ਕਦੀ ਵੀ ਸਾਈਡ 'ਤੇ ਨਹੀਂ ਜਾਂਦੇ, ਨਾ ਹੀ ਥੈਂਕ ਯੂ ਕਹਿ ਕੇ ਅਤੇ ਨਾਲ ਹੀ ਪਰਚੀ ਕਰਦੇ, ਤੁਹਾਡੀ ਟਿਕਟ ਕੱਟੀ ਗਈ। ਉਹ ਕਿਉਂ ਨਹੀਂ ਲੈਂਦੇ, ਉਹਨਾਂ ਰਿਸ਼ਵਤ ਦੀ ਲੋੜ ਨਹੀਂ? ਨਹੀਂ, ਪਰ ਉਹਨਾਂ ਦੀ ਤਨਖਾਹਾਂ ਵੀ ਇੰਨੀਆਂ ਨੇ, ਉਹਨਾਂ ਦਾ ਘਰ ਦਾ ਖਰਚਾ ਵੀ ਚੱਲਦਾ, ਉਹ ਗੱਡੀ ਵੀ ਲੈ ਸਕਦੇ, ਘਰ ਵੀ ਬਣਾ ਸਕਦੇ ਆ। ਇਹ ਸਾਡਾ ਸਿਸਟਮ ਇੱਕ ਖਰਾਬ ਹੋ ਚੁੱਕਾ, ਜਿਹਦੇ ਕਰਕੇ ਕਰਪਸ਼ਨ ਹੈ। ਅਸੀਂ ਟੈਕਸ ਚੋਰੀ ਕਰਦੇ ਹਾਂ, ਕਿਉਂ ਕਰਦੇ ਹਾਂ? ਕਿਉਂਕਿ ਸਾਡੀਆਂ ਕਮਾਈਆਂ ਇੰਨੀਆਂ ਨਹੀਂ ਹੈਗੀਆਂ ਕਿ ਆਪਾਂ ਟੈਕਸ ਦੇ ਸਕੀਏ। 30-30% ਟੈਕਸ ਦੇ ਕੇ ਸਾਡਾ ਘਰ ਨਹੀਂ ਚੱਲ ਸਕਦਾ। ਇਹ ਸਿਸਟਮ ਨੂੰ ਠੀਕ ਕਰਨਾ ਪਏਗਾ, ਕਰਪਸ਼ਨ ਨੂੰ ਘਟਾਉਣ ਵਾਸਤੇ ਕੁਛ ਕਰਨਾ ਪਏਗਾ। ਮੈਸੇਜ ਬੋਕਸ, ਕਮੈਂਟ ਬੋਕਸ ਦੇ ਵਿੱਚ ਕਮੈਂਟ ਭੇਜੋ ਕਿ ਇਹ ਸਿਸਟਮ ਠੀਕ ਕਿੱਦਾਂ ਹੋ ਸਕਦਾ, ਇਸ ਵਿੱਚ ਗਲਤੀ ਸਾਡੀ ਹੈ, ਨਾਗਰਿਕ ਦੀ ਹੈ, ਸਰਕਾਰ ਦੀ ਹੈ ਕਿ ਸਿਸਟਮ ਦੀ ਹੈ।